You are watching Channel Y. Channel Y, a South Asian Canadian channel. ਪਟਿਆਲਾ ਸ਼ਹਿਰ ਵਿੱਚ ਥਾਣਾ ਤ੍ਰਿਪੜੀ ਦੇ ਅੰਤਰਗਤ ਪੈਂਦੇ ਵਿਕਾਸ ਕਲੋਨੀ ਵਿੱਚ ਕੱਲ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕੁੜੀ ਦੀ ਉਮਰ 31 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਕੌਰ ਉਰਫ ਪਿੰਕੀ ਵਜੋਂ ਹੋਈ ਹੈ। ਇਹ ਘਟਨਾ ਬੀਤੀ ਰਾਤ ਲਗਭਗ 10:30 ਵਜੇ ਦੀ ਹੈ। ਮ੍ਰਿਤਕਾ ਦੇ ਭਰਾ ਜਰਨੈਲ ਸਿੰਘ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਤੇ ਉਸਦੀ ਭੈਣ ਪ੍ਰੀਤ ਕਈ ਸਾਲਾਂ ਤੋਂ ਵਿਕਾਸ ਨਗਰ ਵਿੱਚ ਰਹਿ ਰਹੇ ਨੇ। ਜਰਨੈਲ ਅਨੁਸਾਰ ਬੀਤੀ ਰਾਤ ਕਰੀਬ 10:30 ਵਜੇ ਉਹ ਤੇ ਉਸਦੀ ਭੈਣ ਘਰ ਦੇ ਬਾਹਰ ਖੜੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਫਾਇਰ ਕੀਤਾ ਤੇ ਗੋਲੀ ਉਸਦੀ ਭੈਣ ਦੇ ਲੱਗੀ। ਹਨੇਰਾ ਹੋਣ ਕਰਕੇ ਉਹਨਾਂ ਦੇ ਚਿਹਰੇ ਨੂੰ ਨਹੀਂ ਦੇਖਿਆ ਜਾ ਸਕਿਆ ਤੇ ਫਾਇਰਿੰਗ ਕਰਕੇ ਉਹ ਉੱਥੋਂ ਫਰਾਰ ਹੋ ਗਏ। ਮੈਂ ਤੇ ਮੇਰੀ ਭੈਣ ਉਰੇ ਰਹਿੰਦੀ ਕਾਫੀ ਸਾਲਾਂ ਤੋਂ ਤੇ ਰਾਤ ਖੜੇ ਸੀਗੇ ਵੀ ਗੱਲਬਾਤ ਕਰ ਰਹੇ ਸੀਗੇ ਤੇ ਪਿੱਛੋਂ ਹੀ ਇੱਥੋਂ ਦੋ ਮੁੰਡੇ ਆਏ ਮੋਟਰਸਾਈਕਲ ਦੇ ਤੇ ਪਿੱਛੋਂ ਹੀ ਉਹਨਾਂ ਨੇ ਗੋਲੀ ਮਾਰੀ ਸੀ ਮੇਰੇ ਠਾ ਦੀ ਵਾਜੇ ਜੀ। ਕਿੱਥੇ ਕਿੰਨੀ ਗੋਲੀਆਂ ਫਾਇਰ ਕੀਤੀਆਂ ਨੇ, ਕਿੰਨੇ ਰਾਊਂਡ ਫਾਇਰ ਕੀਤੇ? ਇੱਕ ਹੀ। ਕਿੰਨੀ ਕੁ ਵਜੇ ਦੀ ਗੱਲ? 10:00 ਦੇ ਮੇਰੇ ਕੋਲ। ਕਦੀ ਪਹਿਲਾਂ ਵੀ ਦੇਖਿਆ, ਕਦੀ ਉਹਨਾਂ ਦੀ ਆਵਾਜ਼ ਸੁਣੀ? ਨਾ ਜੀ, ਦਿਖੇ ਨਹੀਂ ਜੋ ਨਹੀਂ ਰਹੀ ਬਹੁਤ ਸੀ ਜੀ। ਕੈਮਰੇ ਕੁਮਰੇ ਕੁਛ ਨਹੀਂ ਲੱਗੇ? ਨਾ ਜੀ। ਤੁਹਾਨੂੰ ਕੀ ਸ਼ੱਕ ਲੱਗਦਾ? ਕੁਛ ਰੰਜਿਸ਼ ਹੋਈ? ਕੋਈ ਰੰਜਿਸ਼ ਵਗੈਰਾ? ਲੜਾਈ? ਨਾ ਜੀ। ਸਿਸਟਰ ਕੀ ਕਰਦੇ ਸੀ ਤੁਹਾਡੇ? ਘਰ ਦਾ ਕੰਮ ਕਰੀ ਰਹਿੰਦੇ। ਘਰੇ ਰਹਿੰਦੇ ਸੀ? ਮੈਰਿਡ ਸੀਗੇ? ਅਨਮੈਰਿਡ ਸਰ। ਤੇ ਮੰਮੀ ਪਾਪਾ ਰਹਿੰਦੇ ਨਹੀਂ ਇੱਥੇ? ਨਾ ਜੀ, ਉਹਨਾਂ ਦੀ ਡੈਥ ਹੋ ਗਈ। ਉੱਥੇ ਹੀ ਘਟਨਾ ਦਾ ਪਤਾ ਚੱਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅਨੁਸਾਰ ਕਾਤਲਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਸੌਰਵ ਜਿੰਦਲ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੜੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ 302-34 IPC ਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਕਿਸਨੇ ਤੇ ਕਿਉਂ ਕੀਤਾ, ਇਸ ਸੰਬੰਧੀ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ। ਕੱਲ੍ਹ ਰਾਤੀ 10:00 ਦੇ ਕਰੀਬ ਇੱਕ ਪ੍ਰੀਤ ਕੌਰ ਨਾਮ ਦੀ ਲੜਕੀ ਹੈ, ਉਮਰ ਕਰੀਬ 31 ਸਾਲ, ਵਿਕਾਸ ਨਗਰ ਦੀ ਰਹਿਣ ਵਾਲੀ ਹੈ। ਇਹਨੂੰ ਆਪਣੇ ਘਰ ਦੇ ਵਿੱਚ ਐਸ ਪਰ ਇਹਦੇ ਬ੍ਰਦਰ ਦੀ ਕੰਪਲੇਂਟ ਦੇ ਅਕੋਰਡਿੰਗ ਅਸੀਂ FIR ਦਰਜ ਕੀਤੀ ਹੈ 218 ਨੰਬਰ ਤ੍ਰਿਪੜੀ ਥਾਣੇ ਦੇ ਵਿੱਚ। ਇਹਦੇ ਬ੍ਰਦਰ ਦੇ ਬਿਆਨ ਦੇ ਮੁਤਾਬਕ ਕਿ ਰਾਤ ਨੂੰ 10:00 ਦੇ ਕਰੀਬ ਦੋ ਬਾਈਕ 'ਤੇ ਬੰਦੇ ਆਏ ਅਤੇ ਉਹਨਾਂ 'ਚੋਂ ਇੱਕ ਬੰਦੇ ਨੇ ਗੋਲੀ ਚਲਾਈ, ਜਿਹਦੇ ਨਾਲ ਮੇਰੀ ਸਿਸਟਰ ਦੀ ਮੌਤ ਹੋ ਗਈ ਹੈ। ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ ਹੈ ਅਤੇ ਅਸੀਂ ਜਲਦੀ ਸਾਇੰਟੀਫਿਕ ਅਤੇ ਟੈਕਨੀਕਲ ਤਰੀਕੇ ਨਾਲ ਪੂਰੀ ਤਫਤੀਸ਼ ਮੁਕੰਮਲ ਕਰਕੇ ਦੋਸ਼ੀਆਂ ਨੂੰ ਜਲਦੀ ਪਤਾ ਲੱਗਿਆ ਕਿਸ ਵਾਸਤੇ ਹੋਈ, ਕਿੰਨੇ ਕੁ ਫੈਸ਼ ਕਿਹੜੀ ਗੋਲੀ ਸੀਗੀ? ਇਹ ਲਈ ਵੈਰੀਫਾਈ ਕਰ ਰਹੇ ਹਾਂ, ਅਸੀਂ ਪੋਸਟਮਾਰਟਮ ਵੀ ਕਰਾਵਾਂਗੇ ਅੱਜ ਅਤੇ ਅਸੀਂ ਇੱਥੋਂ ਫੋਰੈਂਸਿਕ ਟੀਮ ਵੀ ਸਾਡੀ ਆਈ ਹੋਈ ਹੈ, ਉਹ ਸਾਰਾ ਚੈੱਕ ਕਰਕੇ ਅਸੀਂ ਜਦੋਂ ਤਫਤੀਸ਼ ਦੇ ਵਿੱਚ ਕੋਈ ਹੋਰ ਨਵਾਂ ਪਹਿਲੂ ਆਉਂਦਾ ਜਾਂ ਨਵਾਂ ਕੋਈ ਫੈਕਟ ਆਉਂਦਾ ਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਕਿੰਨੇ ਕੁ ਫਾਇਰ ਹੋਏ? ਇਹਨਾਂ ਦੇ ਦੱਸਣ ਦੇ ਮੁਤਾਬਕ ਮੁੱਢਲੇ ਤੌਰ 'ਤੇ ਵੀ ਇਹ ਲੱਗ ਰਿਹਾ ਵੀ ਕੋਈ ਫਾਇਰ ਹੋਇਆ। You are watching Channel Y, a South Asian Canadian channel.